ਕੋਟਕਪੁਰਾ ਨਜ਼ਦੀਕ ਪਿੰਡ ਢਿਲਵਾਂ ਕਲਾਂ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਇਤਿਹਾਸਿਕ ਗੁਰਦੁਆਰਾ ਗੋਦਾਵਰੀ ਸਰ ਪਾਤਸ਼ਾਹੀ ਦਸਵੀਂ ਵਿਖੇ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਈ। ਇਸ ਮੌਕੇ ਪੰਥ ਦੇ ਮਹਾਨ ਰਾਗੀ ਅਤੇ ਕਵਿਸ਼ਰੀ ਜਥਿਆਂ ਨੇ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਕੁਰਬਾਨੀ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ। ਇਸ ਮੌਕੇ ਵੱਖ ਵੱਖ ਪਿੰਡ ਵਾਸੀਆਂ ਵੱਲੋਂ ਥਾਂ ਥਾਂ 'ਤੇ ਸੰਗਤ ਲਈ ਲੰਗਰ ਵੀ ਲਗਾਏ ਗਏ। ਦੂਰ ਦੂਰ ਤੋਂ ਆ ਕੇ ਸੰਗਤਾਂ ਇੱਥੇ ਗੁਰੂ ਸਾਹਿਬ ਦਰਸ਼ਨ ਕਰਦੀਆਂ ਔਰ ਇਸ਼ਨਾਨ ਕਰਕੇ ਆਪਣਾ ਜੋ ਜੀਵਨ ਆ ਉਹ ਸਫਲਾ ਕਰਦੀਆਂ, ਮਨੋਕਾਮਨਾ ਆਪਣੀਆਂ ਪੂਰਨ ਕਰਦੀਆਂ। ਮੈਂ ਆਪਣੇ ਵੱਲੋਂ ਸਤਿਕਾਰ ਜੋ ਬਾਬਾ ਜਥੇਦਾਰ ਬਾਬਾ ਜਰਨੈਲ ਸਿੰਘ ਜੀ ਔਰ ਸਮੂਹ ਨਗਰ ਵਾਸੀਆਂ ਵੱਲੋਂ ਔਰ ਸਮੂਹ ਕਮੇਟੀ ਵੱਲੋਂ ਸਾਰੇ ਜੋ ਵੀ ਪੁੰਨੇ ਪੁੰਨੇ ਵਿੱਚ ਸਿੱਖ ਕੌਮ ਵੱਸਦੀ ਹੈ ਸਾਰਿਆਂ ਨੂੰ ਇਸ ਜਨਮ ਦੇ ਜੋ ਇਹ ਮਾਘੀ ਦੇ ਵਿਲੇ ਵਧਾਈਆਂ, ਲੱਖ ਲੱਖ ਵਧਾਈ ਦਿੰਦਾ।